ਅਸਲਾਮੁਅਲੈਕਮ ਤੇ ਕੀ ਹਾਲ ਹੈ ਤੁਹਾਡਾ? ਉਮੀਦ ਹੈ ਸਭ ਠੀਕ ਠਾਕ ਅਤੇ ਹੈਰੀਅਤ ਨਾਲ ਹੋਵੋਗੇ। ਮੇਰਾ ਨਾਮ ਹੈ ਆਸਮ ਇਕਬਾਲ ਐਂਡ ਯੂ ਆਰ ਵਾਚਿੰਗ ਮਾਈ ਯੂਟਿਊਬ ਚੈਨਲ ਲੈਜੈਂਡ ਆਸਮ। ਜੈਸਾ ਕਿ ਮੈਂ ਆਪਣੀ ਪਿਛਲੀ ਵੀਡੀਓ ਰਾਇਲ ਪਾਸ ਵਾਲੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਸੀ ਕਿ ਮੈਂ ਬਹੁਤ ਜਲਦ ਪੰਜਾਬੀ ਵਾਰ ਵਿੱਚ ਪਬਜੀ ਦੇ ਗੇਮ ਪਲੇ ਲੈ ਕੇ ਆਵਾਂਗਾ ਤੁਹਾਡੇ ਵਾਸਤੇ। ਤਾਂ ਅੱਜ ਮੈਂ ਪਹਿਲਾ ਪੰਜਾਬੀ ਵਾਇਸ ਵਿੱਚ ਗੇਮ ਪਲੇ ਲੈ ਕੇ ਆਇਆ। ਮੈਨੂੰ ਉਮੀਦ ਹੈ ਮੇਰਾ ਗੇਮ ਪਲੇ ਤੁਹਾਨੂੰ ਪਸੰਦ ਆਵੇਗਾ। ਗੇਮ ਪਲੇ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ TPP ਸਕੁਆਡ ਖੇਡ ਰਿਹਾ ਸੀ, ਸਪਾਈਡਰਮੈਨ ਵਾਲਾ ਲਿਵਿਕ ਮੈਪ ਆਪਣੇ ਫਰੈਂਡ ਨਾਲ। ਸਾਨੂੰ ਸਕੁਆਡ ਵਿੱਚ ਦੂਸਰੇ ਦੋ ਬੰਦੇ ਸੀ, ਉਹ ਰੈਂਡਮ ਸੀ, ਅਤੇ ਮੈਂ ਅਤੇ ਮੇਰਾ ਫਰੈਂਡ ਅਸੀਂ ਦੋਵੇਂ ਨਾਲ ਗਰੋਨਸ ਵਾਲੀ ਸਾਈਡ 'ਤੇ ਉੱਤਰੇ ਸੀ। ਗਰੋਨਸ ਵਾਲੀ ਸਾਈਡ ਤੋਂ ਨਾਲ ਲੁਕਆਊਟ ਕਰਨ ਤੋਂ ਬਾਅਦ ਸਾਨੂੰ ਨਾ ਬਲੂਮਸਟਰ ਵਾਲੀ ਸਾਈਡ ਤੋਂ ਲੋਕੇਸ਼ਨ ਆਈ ਗੋਲੀਆਂ ਦੀ। ਅਸੀਂ ਮੈਂ ਇਹ ਜਾ ਕੇ ਚੈੱਕ ਕਰ ਲੈਂਦੇ, ਦੋ ਬੰਦੇ ਇੱਥੇ, ਦੋ ਫਾਇਰ ਸਕੁਆਡ ਜਿਹਦੇ ਸੀ ਉਹ ਫਾਈਟ ਲੈ ਰਹੇ ਸੀ ਆਪਸ ਵਿੱਚ, ਜਿਨ੍ਹਾਂ ਵਿੱਚੋਂ ਇੱਕ ਸਕੁਆਡ ਨੇ ਦੂਸਰੇ ਸਕੁਆਡ ਨੂੰ ਫਿਨਿਸ਼ ਕਰ ਦਿੱਤਾ ਸੀ। ਕਿਉਂਕਿ ਅਜ਼ੀਆਂ ਦੇ ਸਕੁਆਡ ਸੀ, ਇੱਕ ਅਜ਼ੀਆ ਸਕੁਆਡ ਫਿਨਿਸ਼ ਹੋ ਗਿਆ, ਦੋ ਬੰਦੇ ਨਾਕ ਆਊਟ ਸੀ ਇੱਥੇ, ਦੋਵਾਂ ਦੇ ਨੂੰ DP20 ਯਾਰ ਨਾ ਮੈਂ ਫਿਨਿਸ਼ ਕੀਤਾ, ਕਿਉਂਕਿ ਕਿਲ ਦਾ ਨੋ ਮਜ਼ਾਕ ਇਹਨਾਂ ਦਾ, ਇੱਕ ਬੰਦਾ ਪਿੱਛੇ ਰਹਿ ਗਿਆ ਸੀ, ਉਹਨੂੰ ਮੈਂ DP ਨਾਲ ਡੈਮੇਜ ਦੇਣ ਦੀ ਕੋਸ਼ਿਸ਼ ਕੀਤੀ, ਲੇਕਿਨ ਸ਼ਾਇਦ ਉਹ ਡੈਮੇਜ ਨਹੀਂ ਹੋਇਆ। ਮੇਰੇ ਕੋਲ ਰੈੱਡ ਡਾਟ ਸੀ, ਨਾ ਕੋਈ ਸਕੋਪ ਸੀ, AKM ਦੱਸਿਆ ਫੋਲੋ ਲੱਗਾ ਸੀ। ਮੈਂ TPP ਲੈ ਕੇ ਚੈੱਕ ਕੀਤਾ ਪੱਥਰ ਦੇ ਪਿੱਛੇ ਬੰਦਾ ਆ ਗਿਆ ਸੀ, ਲੇਕਿਨ ਸ਼ਾਇਦ ਉਹਨੇ ਐਡ ਨਹੀਂ ਸੀ ਦਿੱਤੀ ਇੱਥੇ। ਇੱਥੇ ਉਹਨੇ ਆਪਣੇ ਬੰਦਿਆਂ ਨੂੰ ਰੀਕਾਲ ਕਰਨ, ਮੈਂ ਸਮੋਕ ਕਰ ਕੱਢ ਕੇ ਨੱਸਣ ਦੀ ਕੋਸ਼ਿਸ਼ ਕੀਤੀ। ਮੈਂ ਜਲਦੀ ਉਹਨਾਂ ਨੂੰ ਡਾਊਨ ਕੀਤਾ, DP ਆਪਣੀ 28 DP ਨਾਲ, ਅਤੇ ਬੰਦੇ ਨੂੰ ਫਿਨਿਸ਼ ਕੀਤਾ। ਇਹਨਾਂ ਬੰਦਿਆਂ ਨੂੰ ਫਿਨਿਸ਼ ਕਰਨ ਤੋਂ ਬਾਅਦ ਮੈਂ ਅਤੇ ਮੇਰੇ ਟੀਮ ਮੇਟ ਨੇ, ਸਾਨੂੰ ਜੇ ਦੂਸਰੇ ਦੋ ਰੈਂਡਮ ਬੰਦੇ ਸੀ ਉਹਨਾਂ ਬੰਦਿਆਂ ਨੂੰ ਚੈਨ ਕਰ ਲਿਆ, ਅਤੇ ਅੱਜ ਸਾਡਾ 4-10 ਸਕੁਆਡ ਮੁਕੰਮਲ ਹੋ ਗਿਆ। ਜਿਸ ਟਾਈਮ 4-10 ਸਕੁਆਡ ਹੋਵੇ ਅਤੇ ਉਹ ਵੀ ਆਹ ਤੱਕ ਬਚੀ ਆਵੇ, ਤਾਂ ਖੇਡਣ ਦਾ ਮਜ਼ਾ ਹੀ ਕੋਈ ਹੋਰ ਹੁੰਦਾ। ਅਤੇ 16 ਬੰਦੇ ਰਹਿ ਗਏ ਸੀ, ਮੈਂ ਲੇਟ ਕੇ ਸਾਹਮਣੇ ਬੰਦਿਆਂ ਮਿਡ ਸਟੀਆਂ ਦੇ ਸਾਈਡ ਤੋਂ ਸ਼ਾਇਦ ਕੋਈ ਬੰਦਾ ਨੱਸਦਾ ਨਜ਼ਰ ਆਵੇ, ਅਤੇ ਆਪਣੇ ਉਹਨਾਂ ਨੂੰ ਦੋ ਬੰਦੇ ਨੱਸਦੇ ਨਜ਼ਰ ਆਏ ਸਾਹਮਣੇ। ਮੈਂ ਕੋਈ ਬੈਲੈਂਸ ਕੀਤਾ ਨਹੀਂ, ਇੱਕ ਬੰਦਾ ਨਾਕਆਊਟ ਕੀਤਾ ਤਾਂ ਦੂਸਰੇ ਨੂੰ ਨਾਕਆਊਟ ਕੀਤਾ, ਦੋ ਬੰਦੇ ਨਾਕਆਊਟ ਹੋ ਗਏ ਸੀ। ਇਹਨਾਂ ਦਾ ਇੱਕ ਬੰਦਾ ਲੈਫਟ ਸਾਈਡ ਤੋਂ ਭੱਜਦਾ, ਅਤੇ ਇੱਕਦਮ ਮੇਰੇ ਸਾਹਮਣੇ ਪ੍ਰੋਨ ਹੋ ਗਿਆ। ਮੇਰੇ ਟੀਮਮੇਟਸ ਨੇ ਪਿੱਛੇ ਮੈਨੂੰ ਕਵਰ ਦਿੱਤਾ, ਮੈਂ ਲੋਕੇਸ਼ਨ ਲਾਈ, ਬੰਦਾ ਬਿਲਕੁਲ ਮੇਰੇ ਸਾਹਮਣੇ ਲੇਟਿਆ, ਜੇ ਉਹਨੇ ਉਸੇ ਟਾਈਮ ਬੰਦੇ ਨੂੰ ਫਿਨਿਸ਼ ਕਰ ਦਿੱਤਾ, ਅਤੇ ਇੰਝ ਉਹਨਾਂ ਦਾ ਜਿਹੜਾ ਪੂਰਾ ਸਕੁਆਡ ਸੀ ਇੱਥੇ ਆਇਆ ਸੀ, ਫਾਈਟ ਲੈ ਦਿਆ ਸਾਡੇ ਨਾਲ, ਸਾਰਾ ਸਕੁਆਡ ਫਿਨਿਸ਼ ਹੋ ਗਿਆ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਸ ਟਾਈਮ ਤੁਸੀਂ ਕਲੋਜ਼ ਫਾਈਟ ਲੈ ਰਹੇ ਹੋ ਕਿਸੇ ਨਾਲ ਵੀ, ਅਗਲਾ ਬੰਦਾ ਪ੍ਰੋਨ ਹੋ ਜਾਵੇ ਅਤੇ ਉਹਦੇ ਸਾਹਮਣੇ ਲੇਟ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਨਾ ਕਰੋ, ਇਹ ਤੁਹਾਡਾ ਬੰਦਾ ਆਪਣਾ ਹੀ ਬੰਦਾ ਤੁਹਾਡਾ ਨਾਕਆਊਟ ਹੋ ਜਾਏਗਾ। ਮੇਰੇ ਟੀਮਮੇਟਸ ਨੇ ਮੈਨੂੰ ਰਿਵਾਈਵ ਦਿੱਤਾ, ਤਾਂ ਸਮੋਕ ਅਸੀਂ ਸਮੋਕ ਇੱਥੇ ਕੀਤੇ, ਅੰਤਿਆ ਨੇ ਕ੍ਰੇਟਸ ਦੀ ਲੂਟ ਸ਼ੋਟ ਕਰ ਦਿੱਤੀ, ਕਾਫੀ ਜ਼ਿਆਦਾ ਅੱਛੀ ਲੂਟ ਲੈ ਕੇ ਆਇਆ ਸੀ। 3x6x ਸਾਰੇ ਸਕੋਪ ਸੀ ਇਹਨਾਂ ਕੋਲ, ਗੰਨਾਂ ਵੀ M416 AWM ਗੰਨਾਂ ਵੀ ਸੀ, ਮੇਰੇ ਕੋਲ ਪਾਵਰ ਫੁੱਲ ਉਹ ਸੀ, ਅਤੇ ਮੈਂ ਫਸਟ ਏਡ ਕੀਤਾ ਇੱਥੇ ਲਾਈ, ਫਸਟ ਏਡ ਕੀਤੇ ਲਾਉਣ ਤੋਂ ਬਾਅਦ ਮੈਂ ਦੂਸਰੇ ਕ੍ਰੇਟ ਦੀ ਵੀ ਲੂਟ ਵੀ ਸ਼ੋਅ ਕੀਤੀ, ਦੂਸਰਾ ਕ੍ਰੇਟਸ ਵਿੱਚ ਮੇਰਾ ਨੰਬਰ 4 ਭੁੱਖਾ ਹੋਇਆ ਸੀ, ਉਹਨੇ ਸਾਰੇ ਲੂਟ ਚਾਲ, ਤੀਸਰੇ ਕ੍ਰੇਟ ਦੀ ਲੋਟ ਕੀਤੀ, 8x 4x 3x ਸਾਰੇ ਸਕੋਪ ਵੀ ਸੀ ਇੱਥੇ, ਕਿਉਂਕਿ ਉਸ ਕਾਰਨ ਚੁੱਕੀ, ਕਿਉਂਕਿ ਲੂਟ ਦਾ ਨੋ ਮਜ਼ਾਕ, ਲੂਟ ਜਿੱਥੇ ਵੀ ਜਿੰਨੀ ਵੀ ਲੂਟ ਹੋਵੇ, ਲੂਟ ਨਾਲ ਬੈਗ ਬਿਲਕੁਲ ਪਰੇ ਹੋਣਾ ਚਾਹੀਦਾ ਤੁਹਾਡਾ। ਫਾਲਤੂ ਚੀਜ਼ਾਂ ਜਿੰਨੀਆਂ ਵੀ ਸੀ ਗੰਨਾਂ ਤੋਂ ਬਗੈਰ, ਫਾਲਤੂ ਚੀਜ਼ਾਂ ਮੈਂ ਸਾਰੀਆਂ ਫਾਲਤੂ ਚੀਜ਼ਾਂ ਡਰੋਪ ਕੀਤੀਆਂ, ਅਤੇ ਇੰਨੀ ਦੇਰ ਨੂੰ ਮੇਰੇ ਟੀਮਮੇਟਸ ਨੇ ਲੋਕੇਸ਼ਨ ਲਾਈ, ਪਾਵਰ ਪਲਾਂਟ ਵਾਲੀ ਸਾਈਡ 'ਤੇ ਕੋਈ ਦੋ ਸਕੁਆਡ ਆਪਸ ਵਿੱਚ ਫਾਈਟ ਲੈ ਰਹੇ ਸੀ, ਇੱਕ ਸ਼ਾਇਦ ਪਾਕਿਸਤਾਨੀ ਸਕੁਆਡ ਸੀ ਅਤੇ ਦੂਸਰਾ ਅਰਬੀਆਂ ਦਾ ਸਕੁਆਡ ਸੀ, ਉਹਨਾਂ ਲੋਕੇਸ਼ਨ ਲਾਈ ਸਕੁਆਡ ਦੋਵੇਂ ਆਪਸ ਵਿੱਚ ਫਾਈਟ ਲੈ ਰਹੇ ਸੀ, ਟੋਟਲ ਬੰਦੇ ਰਹਿ ਗਏ ਸੀ 11, ਅਤੇ ਆਤਨੀ ਦਿਨ ਨੂੰ ਮੇਰੇ ਟੀਮਮੇਟ ਨੰਬਰ 4 ਨੂੰ ਇੱਕ ਬੰਦਾ ਨਜ਼ਰ ਆਇਆ, ਉਹਨੇ ਉਸੇ ਟਾਈਮ ਨੂੰ ਨਾਕਆਊਟ ਕਰ ਦਿੱਤਾ, ਨੰਬਰ 4 ਨੇ ਨਾਕਆਊਟ ਕੀਤਾ ਬੰਦਾ, ਤਾਂ ਇੱਕਦਮ ਮੇਰੇ ਸਾਹਮਣੇ ਬੰਦਾ, ਮੈਂ ਲੈਫਟ ਤੋਂ ਚੈੱਕ ਕੀਤਾ, ਬੰਦਾ ਇੱਕਦਮ ਮੇਰੇ ਸਾਹਮਣੇ ਨੱਸਣ ਲੱਗ ਗਿਆ ਸੀ। ਮੇਰੇ ਕੋਲ ਸੀ ਸਕਾਰਨ, ਲੇਕਿਨ ਸਕਾਰਨ ਉੱਤੇ ਸਕੋਪ ਐਡਜਸਟ ਨਹੀਂ ਸੀ ਹੋ ਗਿਆ, ਮੈਂ ਗੋਲੀਆਂ ਨੂੰ ਮਾਰਨੇ ਦੀ ਕੋਸ਼ਿਸ਼ ਕੀਤੀ, ਬੰਦਾ ਫਿਨਿਸ਼ ਹੋ ਗਿਆ, ਟੋਟਲ ਬੰਦੇ ਰਹਿ ਗਏ ਸੀ ਹੁਣ 8, ਮੈਂ ਸਕਾਰਨ ਦਾ ਸਕੋਪ ਐਡਜਸਟ ਕੀਤਾ, 8 ਵਿੱਚ ਜਿਹੜੇ ਦੋ ਬੰਦੇ ਸੀ ਉਹ ਜ਼ੋਨ ਵਿੱਚ ਕਿਲ ਹੋ ਗਏ, ਅਤੇ ਹੁਣ ਜਿਹੜੇ ਬਾਕੀ ਬੰਦੇ ਬਚ ਗਏ ਸੀ ਉਸ 6 ਬੰਦੇ ਰਹਿ ਗਏ ਸੀ, 4 ਦਾ ਸਾਡਾ ਸਕੁਆਡ ਪੂਰਾ ਬਚਿਆ ਸੀ, ਬਾਕੀ ਦੋ ਬੰਦੇ ਨੰਬਰ 1 ਵਾਲੀ ਸਾਈਡ ਵਾਲ ਸੀ, ਨੰਬਰ 1 ਵਾਲੀ ਸਾਈਡ, ਨੰਬਰ 1 ਨੇ ਇੱਕ ਨੂੰ ਨਾਕਆਊਟ ਕੀਤਾ, ਉਹਨੂੰ ਵਾਹ ਬਹੁਤ ਜ਼ਿਆਦਾ ਉਹਨੂੰ ਲੋ ਕਰ ਦਿੱਤਾ ਇਹਨੇ ਨੰਬਰ 1 ਨੂੰ, ਨੰਬਰ 1 ਨੇ ਲੋਕੇਸ਼ਨ ਲਾਈ ਬੰਦਿਆਂ ਦੀ, ਅਸੀਂ ਉਹਨੂੰ ਕਵਰ ਦੇਣ ਵਾਸਤੇ ਉਸੇ ਟਾਈਮ ਦੌੜ ਲਾ ਲਈ, ਅਤੇ ਮੈਂ ਭੱਜਦਿਆਂ ਉਹਨੂੰ ਇੱਕਦਮ ਗਿਰੇ ਸੂਟ ਵਾਲਾ ਬੰਦਾ ਨਜ਼ਰ ਆਇਆ, ਮੈਂ ਸਕਾਰਨ ਨਾਲ ਉਹਨੂੰ ਸਪਰੇਅ ਦੇ ਕੇ ਫਿਨਿਸ਼ ਕੀਤਾ, ਅਤੇ ਇੰਝ ਸਾਨੂੰ ਲੱਗਾ ਵਿਨਰ ਵਿਨਰ ਚਿਕਨ ਚਿਕਨ ਡਿਨਰ। ਅਤੇ ਅਗਰ ਮੇਰੀ ਕੋਈ ਗੱਲ ਤੁਹਾਨੂੰ ਬੁਰੀ ਲੱਗੀ ਹੋਵੇ ਅਤੇ ਦਿਲ ਨਾਲ ਮਾਫ਼, ਅਤੇ ਅਗਰ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਜ਼ਮੀ ਲਾਈਕ ਕਰ ਦਿਓ, ਅਤੇ ਮੇਰੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਦਿਓ, ਅਤੇ ਨੈਕਸਟ ਵੀਡੀਓ ਵਿੱਚ ਤੁਹਾਡੇ ਨਾਲ ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ, ਉਹ ਦਿਨ ਦੇ ਬਸ ਇਜਾਜ਼ਤ ਦਿਓ, ਖੁਦਾ ਹਾਫਿਜ਼।